ਬਲਵਾਨ ਸਿੰਘ ਰਾਜਵਾਨਾ ਹੋਰਾਂ ਦੇ ਵੱਲੋਂ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿ ਮਾਮਲਾ ਜਿਹੜਾ ਹੈ ਪਿਛਲੇ 12 ਸਾਲ ਪਹਿਲਾਂ ਇੱਕ ਅਪੀਲ ਐ ਐਸਜੀਪੀਸੀ ਦੇ ਵੱਲੋਂ ਜਿਹੜੀ ਪਾਈ ਗਈ ਸੀਗੀ ਤੇ ਇਸ اپیل ਦਾ ਹਲੇ ਤੱਕ ਕੋਈ ਵੀ ਤਰ੍ਹਾਂ ਦਾ ਕੋਈ ਫੈਸਲਾ ਨਾ ਹੋਣ ਤੋਂ ਨਰਾਜ ਰਾਜਵਾਨਾ ਦੇ ਵੱਲੋਂ ਇਹ ਪਿਛਲੀਆਂ ਜਿਹੜੀਆਂ ਮਹੀਨੇ ਦੀ ਗੱਲ ਕਰੀਏ ਤਾਂ ਇਹ ਅੱਜ ਜਿਹੜੀ ਚੌਥੀ ਚਿੱਠੀ ਹੈਗੀ ਜਿਹੜੀ ਅਕਾਲ ਤਖਤ ਦੇ ਜਥੇਦਾਰ ਦੇ ਨਾਮ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਕਿਤੇ ਨਾ ਕਿਤੇ ਰੋਸ ਪ੍ਰਗਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੀ ਜਿਹੜੀ ਅਪੀਲ ਹੈ ਉਸ ਨੂੰ ਜਿਹੜਾ ਲਟਕਾਇਆ ਜਾ ਰਿਹਾ ਹੈਗਾ 12 ਸਾਲ ਤੋਂ ਕਰੀਬ ਦਾ ਜਿਹੜਾ ਸਮਾਂ ਹੋ ਗਿਆ ਹੈ 11 ਸਾਲ 8 ਮਹੀਨਿਆਂ ਦਾ ਜਿਹੜਾ ਸਮਾਂ ਹੋ ਗਿਆ ਉਸ ਅਪੀਲ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਉਤਰ ਰਾਸ਼ਟਰਪਤੀ ਦੇ ਦਫਤਰ ਦੇ ਵੱਲੋਂ ਨਹੀਂ ਆਇਆ ਗਿਆ ਸੋ ਕਿਤੇ ਨਾ ਕਿਤੇ ਨਾਰਾਜ਼ਗੀ ਦੇ ਨਾਲ ਚੱਲਦੇ ਹੋਏ ਉਹਨਾਂ ਦੇ ਵੱਲੋਂ ਅੱਜ ਭੁੱਖ ਹੜਤਾਲ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਕੁਝ ਸਮਾਂ ਪਹਿਲਾਂ ਬੀਬੀ ਕਮਲਦੀਪ ਕੌਰ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਤੇ ਇਹ ਸਾਰੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਸੋ ਇਸ ਸਮੇਂ ਕਮਲਦੀਪ ਕੌਰ ਨੇ ਭੈਣ ਨੇਗੇ ਬਲਵੰਤ ਸਿੰਘ ਰਾਜੂ ਉਹਨਾਂ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕਿਤੇ ਨਾ ਕਿਤੇ ਇੱਕ ਤਰਫ ਜਿਹੜੀ ਨਾਰਾਜ਼ਗੀ ਉਹਨਾਂ ਦੇ ਵੱਲੋਂ ਜ਼ਾਹਰ ਕੀਤੀ ਗਈ ਹੈ ਕਿ ਨਾਰਾਜ਼ਗੀ ਦੇ ਵਿੱਚ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਇਹ ਗੱਲ ਵੀ ਕਹੀ ਗਈ ਹੈ ਕਿ ਜਿੱਥੇ ਉਹ ਪਿਛਲੇ 24 ਚੱਕੀ ਹੈਗੀ ਜਿਹੜੀ ਫਾਂਸੀ ਚੱਕੀ ਉਸ ਦੇ ਵਿੱਚ ਜਿਹੜੀ ਸਜ਼ਾ ਭੁਗਤ ਰਹੇ ਨੇਗੇ ਸੋ ਅਜੇ ਹੀ ਸਜ਼ਾ ਭੁਗਤਣ ਦੇ ਨਾਲੋਂ ਤਾਂ ਜਿਹੜਾ ਉਹ ਇੱਕ ਵਾਰ ਫਾਂਸੀ ਜਿਹੜੀ ਉਹਨਾਂ ਨੂੰ ਮਿਲ ਜਾਵੇ ਉਹ ਇਸ ਨੂੰ ਬਿਹਤਰ ਸਮਝਦੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਉਹ ਜਿੱਥੇ ਭੁੱਖ ਹੜਤਾਲ ਨੂੰ ਸ਼ੁਰੂ ਕਰ ਰਹੇ ਨੇ ਤਾਂ ਉਹ ਵਕ ਵਕਤ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਨੇ ਕਿ ਦੋ ਦਿਨ ਜਿਹੜਾ ਉਹ ਭੁੱਖ ਹੜਤਾਲ ਰੱਖ ਕੇ ਦੇਖਣ ਤਾਂ ਦੇਖਣ ਕਿ ਕਿੰਨਾ ਜਿਹੜਾ ਔਖਾ ਹੈ ਇਸ ਸਾਰੇ ਦਰਦ ਨੂੰ ਜਿਹੜਾ ਹੈ ਕਿਸ ਤਰ੍ਹਾਂ ਨਾਲ ਆਪਣੇ ਉੱਪਰ ਹੰਡਾਇਆ ਜਾ ਸਕਦਾ ਸੋ ਬੀਬੀ ਕਮਲਦੀਪੌਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਉਸ ਦਰਦ ਉਸ ਭੁੱਖ ਦਾ ਐਸਾ ਭੈਣ ਜੀ ਅੱਜ ਤੁਸੀਂ ਮਿਲ ਕੇ ਆਏ ਹੋਗੇ ਕੀ ਕੁਝ ਜਿਹੜਾ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਜਿਹੜੀ ਜਾਣਕਾਰੀ ਦੇਖੋ ਵੀਰ ਜੀ ਰਾਜਵਾਨਾ ਜੀ ਵੱਲੋਂ ਅੱਜ ਭੁਖੜਤਾ ਸ਼ੁਰੂ ਕਰ ਦਿੱਤੀ ਗਈ ਹੈ 5 ਦਸੰਬਰ ਨੂੰ ਉਹਨਾਂ ਨੇ ਕਿਹਾ ਸੀ ਕਿ ਭੁਖੜਤਾਲ ਕਰਨਗੇ ਤੇ ਨਾਲ ਹੀ ਵੀਰ ਜੀ ਰਾਜਵਾਨਾ ਜੀ ਨੇ ਸ਼੍ਰੀ ਕਲਤਕ ਸਾਬ ਜੀ ਦੇ ਜਥੇਦਾਰ ਜੀ ਦੇ ਨਾਮ ਚਿੱਠੀ ਲਿਖੀ ਹੈ ਜਿਹੜੀ ਅਸੀਂ ਉਹਨਾਂ ਤੱਕ ਪਹੁੰਚਤੀ ਕਰ ਦਾਂਗੇ ਜੀ ਕੁਈ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਪੈਰਵਾਈ ਨਹੀਂ ਕੀਤੀ ਗਈ ਹੈਗੀ ਦੇਖੋ ਇਹ ਨਾਰਾਜ਼ਗੀ ਦਾ ਮੁੱਦਾ ਨਹੀਂ ਹੈਗਾ ਇਹ ਕੌਮ ਦੀਆਂ ਭਾਵਨਾਵਾਂ ਦਾ ਮੁੱਦਾ ਤੇ ਕੌਮ ਨਾਲ ਹੋਈ ਬੇਇਨਸਾਫੀ ਦਾ ਮੁੱਦਾ ਹੈਗਾ ਜੇਕਰ 12 ਸਾਲ ਬਾਅਦ ਵੀ ਅਪੀਲ ਤੇ ਫੈਸਲਾ ਨਾ ਹੋਵੇ ਜਿਸ ਅਪੀਲ ਤੇ 6 ਮਹੀਨੇ ਤੇ ਸਾਲ ਚ ਫੈਸਲਾ ਹੋ ਜਾਂਦਾ ਹੋਵੇ ਤੇ ਵੀਰ ਜੀ 12 ਸਾਲ ਬਾਅਦ ਵੀ ਸਾਡੀਆਂ ਸੰਸਥਾਵਾਂ ਦੇ ਆਗੂ ਫੈਸਲਾ ਨਾ ਕਰਵਾ ਸਕਣ ਤੇ ਕੇਂਦਰ ਸਰਕਾਰ ਫੈਸਲਾ ਨਾ ਕਰ ਸਕੇ ਤਾਂ ਉਹਦੇ ਤੇ ਸਾਡੇ ਕੌਮ ਦੇ ਆਗੂਆਂ ਦਾ ਸੋਚਣਾ ਤਾਂ ਬੰਦ ਆ ਵੀਰ ਜੀ ਰਾਜੂਵਾਨਾ ਜੀ 12 ਸਾਲ 28 ਸਾਲ ਹੋ ਗਏ ਜੇਲ੍ਹ ਚ ਬੰਦ 17 ਸਾਲਾਂ ਤੋਂ ਫਾਂਸੀ ਚੱਕੀ ਚ ਬੰਦ ਨੇ ਇਸੇ ਲਈ ਵੀਰ ਜੀ ਰਾਜੂਵਾਨਾ ਜੀ ਨੇ ਭੁਖੜਤਾਲ ਕੀਤੀ ਆ ਕਿ ਇਸ ਅਪੀਲ ਨੂੰ ਜਿਹੜੇ ਤੇ ਫੈਸਲਾ ਸਾਡੇ ਸੰਸਥਾਵਾਂ ਦੇ ਆਗੂ ਕਰਵਾ ਨਹੀਂ ਸਕੇ ਕੇਂਦਰ ਨੇ ਕੀਤਾ ਨਹੀਂ ਉਸ ਅਪੀਲ ਨੂੰ ਵਾਪਸ ਲਿਆ ਜਾਵੇ ਭਾਈ ਜੀ ਕੀ ਲੱਗਦਾ ਹੈ ਹੁਣ ਜਿਹੜੀ ਇਹ ਭੁੱਖ ਹੜਤਾਲਾ ਕਿੰਨਾ ਲੰਮਾ ਸਮਾਂ ਜਿਹੜੀ ਲੱਗਦੀ ਹੈ ਕਿ ਹੁਣ ਜਿਹੜੀ ਲਗਾਤਾਰ ਚੱਲੂਗੀ ਅੱਗੇ ਦੇਖੋ ਇਹਦੇ ਤੇ ਸਾਡੇ ਤਾਂ ਸ਼੍ਰੀ ਗਾਲਟਕ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਨੂੰ ਜ਼ਥੇਦਾਰ ਜੀ ਨੂੰ ਬੇਨਤੀ ਆ ਕਿ ਬਹੁਤ ਮੌਕੇ ਆਏ ਨੇ ਕੌਮ ਤੇ ਇਸ ਤਰ੍ਹਾਂ ਦੇ ਜਦੋਂ ਸਿੰਘ ਸਾਹਿਬ ਜੀ ਖੁਦ ਗਵਾਹੀ ਕਰਦੇ ਨੇ ਉਹ ਖੁਦ ਗਵਾਹੀ ਕਰਨ ਕੌਮ ਦੇ ਰਹਿਨੁਮਾਨ ਨੇ ਤੇ ਇਸ ਮਸਲੇ ਨੂੰ ਛੇਤੀ ਹੱਲ ਕਰਨ ਜਿਸ ਤਰ੍ਹਾਂ ਦੇ ਨਾਲ ਆ ਸਾਫ ਸਾਫ ਗੱਲ ਕਹੀ ਗਈ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਇਹ ਜਿਹੜੀ ਬੇਨਤੀ ਕੀਤੀ ਗਈ ਹੈ ਕਿ ਉਹ ਜਿਹੜਾ ਪੈਰ ਵੀ ਕਰਨੇ ਇਸ ਮੁੱਦੇ ਦੀ ਕਿਉਂਕਿ ਕਾਫੀ ਜਿਹੜਾ ਸੰਵੇਦਨਸ਼ੀਲ ਮੁੱਦਾ ਹੈਗਾ ਪਿਛਲੇ ਕਾਫੀ ਲੰਮੇ ਸਮੇਂ ਤੋਂ 25 ਸਾਲ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਗਿਆ ਹੈਗਾ ਜਦੋਂ ਤੋਂ ਇਹ ਫਾਂਸੀ ਚੱਕੀ ਦੇ ਵਿੱਚ ਆਪਣੀ ਜਿਹੜੀ ਸਜ਼ਾ ਕੱਟ ਰਹੇ ਨੇ ਸੋ ਇੱਕ ਵਾਰ ਫੇਰ ਤੋਂ ਕਿਤੇ ਨਾ ਕਿਤੇ ਜਿਹੜੀ ਅਪੀਲ ਵਾਪਸ ਲੈਣ ਦੀ ਗੱਲ ਐਸਜੀਪੀਸੀ ਦੇ ਨਾਮ ਪਹਿਲਾਂ ਤਿੰਨ ਚਿੱਠੀਆਂ ਦੇ ਵਿੱਚ ਕਹੀ ਗਈ ਸੀ ਅੱਜ ਫੇਰ ਉਹੀ ਗੱਲ ਦੁਹਰਾਈ ਗਈ ਹੈ ਕਿ ਜਦੋਂ ਤੱਕ ਰਾਸ਼ਟਰਪਤੀ ਨੂੰ ਪਾਈ ਅਪੀਲ ਦਾ ਕੋਈ ਸੱਟਾ ਨਹੀਂ ਨਿਕਲਦਾ ਜਾਂ ਉਸ ਨੂੰ ਵਾਪਸ ਨਹੀਂ ਲਿਆ ਜਾਂਦਾ ਉਹ ਤੱਕ ਇਹ ਜਿਹੜੀ ਭੁੱਖ ਹੜਤਾਲ ਹੈ ਲਗਾਤਾਰ ਜਾਰੀ ਰਹੇਗੀ ਪਟਿਆਲਾ ਤੋਂ ਕੁਲਵਿੰਦਰ ਮਹਿਲ ਲਿਵਿੰਗ ਇੰਡੀਆ ਨਿਊਜ਼ ਪੰਜਾਬ